ਇੱਥੇ ਦੇ ਲੰਬੜਦਾਰ ਕਿਹੜੇ ਸੀ ਭਲਾ? ਇੱਕ ਕਾਲਾ ਸਿੰਘ ਸੀ, ਇੱਕ ਬੂਟਾ ਸੀ। ਹਾਂਜੀ, ਦੋ ਲੰਬੜਦਾਰ, ਦੋ ਲੰਬੜਦਾਰ, ਦੋਨਾਂ ਪੁੱਤੀਆਂ ਨੇ, ਦੋਨਾਂ ਬੱਚਿਆਂ ਦੇ ਪਾਲਾ ਦੋਦੇ ਸੀ। ਉਹਨਾਂ ਗਲਾਲੀ ਇਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਆ। ਸਰਦਾਰ ਈਸ਼ਵਰ ਸਿੰਘ ਜਿਹੜੇ ਹਾਥਿਆਂ 'ਤੇ ਅਸੀਂ ਬੈਠੇ, ਆ ਵੀ ਹਾਥਾ ਉਹਦਾ, ਨਾਲ ਦਾ ਵੀ ਉਸਦਾ, 60 ਮੁਰੱਬਾ ਅਤੇ 52 ਮੁਰੱਬੇ ਦਾ ਛੱਪੜ, ਛੱਪੜ ਪਿੰਡ ਦਾ ਸਾਂਝਾ। ਇਹਦੇ ਨਾਲ 52 ਮੁਰੱਬਾ ਪਰ 60 ਮੁਰੱਬਾ ਸਾਂਝਾ। ਹਾਂਜੀ, ਇਹ ਵਧੀਆ ਬੇਦੀ ਸੀ। ਅਜੇ ਉਹਦੀ ਡਿਉੜੀ ਕਾਇਮ ਆ, ਤੇੜੀ ਲਾ ਕੇ ਗਿਆ। ਉਹਦੇ ਦਰਵਾਜ਼ੇ ਸਾਡੇ ਲੱਗੇ ਆ, ਫਾਟਕ ਵੀ ਉਹਦੇ ਲੱਗੇ ਆ, ਫਾਟਕ ਵੀ ਸਾਡੇ ਵੀ ਦਰਵਾਜ਼ੇ ਹੈਗੇ। ਹਾਂਜੀ ਹਾਂਜੀ, ਅੱਲਾ ਅੱਲਾ। ਸਰਦਾਰ ਆਇਆ ਗੋੜ ਸਿੰਘ ਝਬਾਲ, ਇੱਥੋਂ ਤੁਰ ਪਿਆ ਝਬਾਲੋਂ, ਸਕੂਲ ਦੀ ਦੀਵਾਰਾਂ ਨੂੰ ਚੁੰਮ ਕੇ ਰੋਏ। ਪੁੱਤਰ ਆਉਂਦਾ ਕਿਉਂ? ਕਹਿੰਦਾ ਤੇਰਾ ਚਾਚਾ ਜੀਦਾ ਉਹੀ ਬੱਕਰੀ ਆਊ ਪੁੱਤਰਾ। 11 ਬੰਦੇ ਘੋੜੀਆਂ ਤੇ ਚੜ੍ਹ ਕੇ ਜਾ ਕੇ ਘੇਰਾ ਪਾਇਆ ਮਾਲਾ, ਆਵਾਜ਼ ਮਾਰੀ ਖੜ ਕੇ ਵੀ ਫਲਾਣਾ ਸਰਦਾਰ ਆ ਗਿਆ। ਜਿਹੜੇ ਦੋ ਦੋਸਤ ਸੀ ਲੀਟ ਚਰਾ ਕੇ ਉਹਦੇ ਨਾਲ ਪੜ ਜਾਂਦੇ ਸੀ, ਉਹਨਾਂ ਦਾ ਮਹਿਮਾਨ ਯਾਨੀ ਪੱਗ ਬੜ ਯਾਰ ਭਰਾ ਸੀ। ਉਹਦਾ ਇੱਕ ਪੁੱਤ ਸੀ, ਉਹਨੇ ਰੱਖਿਆ, ਉਹਨੇ ਕਿਹਾ ਪੁੱਤਰਾ ਮੁਸਲਮਾਨ ਹੋ ਜਾ। ਸਿਰਿਆਲੇ ਕੈਂਪ ਲੱਗਿਆ, ਮੁਸਲਮਾਨ ਹੋ ਚੱਲੀਏ ਜਾਇਦਾਦ ਗੁਆਈ ਜਾਣੀ, ਉਹ ਨਹੀਂ ਲੱਭਦੇ। ਉਹ ਕਹਿੰਦਾ ਨਹੀਂ, ਸਿੱਖੀ ਨਹੀਂ ਛੱਡਣੀ। ਸਾਡੇ ਨਾਨਕੇ ਪਹਿਲਾਂ ਆ ਗਏ 2 ਮਹੀਨੇ, ਉਹਨਾਂ ਨੇ ਮੁਰੱਬਾ ਪਵਾ ਲਿਆ। ਅਸੀਂ ਡਬਲਯੂ ਆਰ ਕੈਂਪ ਸੀ ਫਿਰੋਜ਼ਪੁਰ ਵਿੱਚ, ਤੁਰ ਕੇ ਆਇਆ ਸੀ ਜਦੋਂ ਜਾੜੇ ਪੈ। ਸਰਦਾਰ ਈਸ਼ਵਰ ਸਿੰਘ ਜਿਹੜੇ ਹਾਥਿਆਂ 'ਤੇ ਅਸੀਂ ਬੈਠੇ, ਆ ਵੀ ਹਾਥਾ ਉਹਦਾ, ਨਾਲ ਦਾ ਵੀ ਉਸਦਾ, 60 ਮੁਰੱਬਾ ਤੇ 52 ਮੁਰੱਬੇ ਦਾ ਛੱਪੜ, ਛੱਪੜ ਪਿੰਡ ਦਾ ਸਾਂਝਾ। ਇਹਦੇ ਨਾਲ 52 ਮੁਰੱਬਾ ਪਰ 60 ਮੁਰੱਬਾ ਸਾਂਝਾ। ਹਾਂਜੀ, ਇਹ ਉਹਦੀ ਹਵੇਲੀ ਸੀ, ਪਹਿਲਾਂ ਕਿੰਨੇ ਚ ਹਵੇਲੀ 5 ਗ੍ਰਾਮ ਦੀ। ਸਰਦਾਰ ਜੀ ਈਸ਼ਵਰ ਸਿੰਘ ਦੇ 5 ਮੁਰੱਬੇ ਡਗੋਰੇ ਚ, ਡਗੋਰੇ ਚ 5, 7 ਮੁਰੱਬੇ ਦਾ ਮਾਲਕ ਜੀ। ਅਜੇ ਉਹਦੀ ਡਿਉੜੀ ਕਾਇਮ ਆ, ਹਾਂਜੀ, ਤੇੜੀ ਲਾ ਕੇ ਗਿਆ। ਉਹਦੇ ਦਰਵਾਜ਼ੇ ਸਾਡੇ ਲੱਗੇ ਆ, ਫਾਟਕ ਵੀ ਉਹਦੇ ਲੱਗੇ ਆ, ਫਾਟਕ ਵੀ ਸਾਡੇ ਵੀ ਦਰਵਾਜ਼ੇ ਹੈਗੇ। ਹਾਂਜੀ ਹਾਂਜੀ, ਅੱਲਾ ਅੱਲਾ। ਉੱਥੇ ਗੁਰਮੁਖੀ ਦੇ ਵਿੱਚ ਉੱਪਰ ਇੱਟਾਂ ਦੇ ਨਾਂ ਲਿਖਿਆ, ਅੱਲਾਹੁ ਅਕਬਰ ਅੱਲਾਹੁ ਅਕਬਰ। ਉਹਦਾ ਇੱਕ ਪੁੱਤ ਸੀ, ਉਹਨੇ ਰੱਖਿਆ, ਉਹਨੇ ਕਿਹਾ ਪੁੱਤਰਾ ਮੁਸਲਮਾਨ ਹੋ ਜਾ। ਸਿਰਿਆਲੇ ਕੈਂਪ ਲੱਗਿਆ, ਸਾਡੇ ਨਾਨਕੇ ਪਹਿਲਾਂ ਆ ਗਏ 2 ਮਹੀਨੇ, ਉਹਨਾਂ ਨੇ ਮੁਰੱਬਾ ਪਵਾ ਲਿਆ, ਦੂਸਰਾ ਵੀ ਘੇਰ ਲਿਆ ਜਿਹਦੇ 'ਚ ਅਸੀਂ ਹਾਂ। ਅਸੀਂ ਡਬਲਯੂ ਆਰ ਕੈਂਪ ਸੀ ਫਿਰੋਜ਼ਪੁਰ ਵਿੱਚ, ਤੁਰ ਕੇ ਆਇਆ ਸੀ ਜਦੋਂ ਜਾੜੇ ਪੈ। ਇੱਥੇ ਜਦੋਂ ਉਹ ਇੱਥੇ ਬੈਠਾ, ਕਹਿੰਦਾ ਪੁੱਤਰਾ ਤੂੰ ਪੜ੍ਹਿਆ ਲਿਖਿਆ ਮੇਰਾ ਬੇਟਾ, ਮੁਸਲਮਾਨ ਹੋ ਚੱਲੀਏ ਜਾਇਦਾਦ ਗੁਆਈ ਜਾਣੀ, ਉਹ ਨਹੀਂ ਲੱਭਦੇ। ਉਹ ਕਹਿੰਦਾ ਨਹੀਂ, ਸਿੱਖੀ ਨਹੀਂ ਛੱਡੀ, ਨਹੀਂ ਛੱਡੀ, ਚਲੇ ਗਿਆ ਰੱਕੜ ਦੇ ਵਿੱਚ ਜ਼ਮੀਨ ਮੁੜੀ ਉਹਨਾਂ। ਅੱਛਾ, ਕਿਹੜੇ ਜ਼ਿਲ੍ਹੇ 'ਚ? ਜ਼ਿਲ੍ਹਾ ਯੂਪੀ 'ਚ।
ਚੌਧਰੀ ਇਸ ਬੀਚ ਇੱਕ ਮਹੀਨਾ ਰਹਿੰਦਾ ਹੁੰਦਾ ਸੀ ਨਾ ਰੋਂਦਾ ਹੁੰਦਾ ਸੀ। ਹਾਂਜੀ, 8 ਜਮਾਤਾਂ 41 ਪੜੀਆਂ, ਦੀਵਾਰਾਂ ਨੇ ਚੁੰਮ ਕੇ ਰੋਲਿਆ। ਮੈਂ ਇੱਥੇ ਪੜਿਆ ਯਾਦ ਪੁਰਾਣੀ, ਜਿਹੜੇ ਦੋ ਦੋ ਸੀ ਨਜ਼ੀਰ ਚਰਾਗ ਉਹਦੇ ਨਾਲ ਪੜ੍ਹਦੇ ਹੁੰਦੇ ਸੀ, ਉਹਨਾਂ ਦਾ ਮਹਿਮਾਨ ਯਾਨੀ ਪੱਗ ਬੜ ਯਾਰ ਭਰਾ ਸੀ। ਤੇ ਫਿਰ ਉਹਨੂੰ ਵੀਜ਼ਾ ਬਣਾਤਾ ਉਹਨਾਂ ਦਾ, ਬਾਬੇ ਚਿਰਾਗ ਦਾ ਮੁੰਡਾ ਬੜੀ ਫੇਰ ਜਾਂਦਾ ਰਿਹਾ, ਅੱਲਾ ਰੱਖਿਆ ਠੀਕ ਰਿਹਾ। ਉਹਨੇ ਹੁਣ ਡਿਪਾਰਟਰੀ ਬਣਾਈ, ਹੋਰ ਸਿੰਘ ਨੇ ਬਣਾ ਦਿੱਤੀ ਬਾਬੇ ਦੀ ਯਾਦ ਆ ਭਰਾ ਦੀ। ਤੇ ਇੱਥੋਂ ਸਰਸ਼ਮੀਰ ਨੂੰ ਤੁਰ ਕੇ ਗਿਆ, ਉਹ ਸਕੂਲ ਦੇਖਿਆ ਤੇ ਉੱਥੋਂ ਪੁੱਛਿਆ ਵੀ ਫਲਾਨਾ ਰਾਈ ਬਰਾਦਰੀ ਦਾ ਸਾਡਾ ਮਾਸਟਰ ਸੀ, ਨਾ ਮੈਨੂੰ ਭੁੱਲ ਗਿਆ ਕੀ ਦੱਸਿਆ। ਉਹਨਾਂ ਕਿਹਾ ਉਹ ਫੌਤ ਹੋ ਗਿਆ, ਫਲਾਣੇ ਪਿੰਡ ਦਾ ਸੀ, ਉਹ ਕਹਿੰਦਾ ਮੈਨੂੰ ਰਸਤਾ ਦੱਸੋ। ਉੱਥੋਂ ਕਾਰ ਲਈ ਬੰਦੇ ਲੈ ਚਪਾਲ ਵਾਲੇ ਉੱਥੇ ਪਹੁੰਚਿਆ, ਉਸ ਪਿੰਡ ਗਿਆ ਜਿਹੜਾ ਉਹਨਾਂ ਦੱਸਿਆ। ਉਹ ਬਾਬੇ ਦੀ ਔਲਾਦ ਮਾਸਟਰ ਜੀ ਦੇ ਨੂੰ ਮਿਲਿਆ, ਰੋ ਰੋ ਕੇ ਉਹਨਾਂ ਦੇ ਮੱਥੇ ਚੁੰਮੇ ਕਿ ਸਾਡਾ ਰੂਹਾਨੀ ਬਾਪ ਸੀ ਤੁਹਾਡਾ, ਤੁਹਾਡਾ ਬਾਪ ਸਾਨੂੰ ਉਹਨੇ ਪੜ੍ਹਾਇਆ, ਦਸਵੀਂ ਪਾਸ ਕੀਤੀ ਸੀ, ਬੜਾ ਨੇਕ ਪਿਆਰਾ ਬੰਦਾ ਸੀ, ਨਾਲੇ ਸਾਰੇ ਟੱਬਰ ਨੂੰ 100-100 ਰੁਪਇਆ ਦਿੱਤਾ, ਨਾਲੇ ਚਾਂਗਰਾਂ ਮਾਰ ਮਾਰ ਲਿਆ। ਬੋੜ ਸਿੰਘ ਦਾ ਨਜ਼ੀਰ ਨਾ ਜਾਰੀ ਸੀ, ਨਜ਼ੀਰ ਅਨਸਾਰੀ ਸੀ, ਮਰ ਗਿਆ ਜੰਨਤ। ਉਹ ਛੋਟਾ ਜਿਹਾ ਇਹਦਾ ਜਲਾਨਾ ਸੀ, ਪੜ੍ਹ ਜਾਂਦੇ ਸੀ ਇਕੱਠੇ, ਉਹਦੀ ਬੱਕਰੀ ਲੱਕਾਂ ਵਾਲੇ ਬਦਮਾਸ਼ ਲੈ ਗਿਆ ਚੱਕ ਕੇ, ਉਦੋਂ ਦੇਸੀ ਬੱਕਰੀਆਂ ਸੀ। ਉਹ ਰੋਂਦਾ ਰੋਂਦਾ ਬੋੜ ਸਿੰਘ ਦੇ ਅੱਬਾ ਜੀ ਕੋਲ ਗਿਆ, ਕਹਿੰਦਾ ਚਾਚਾ ਮੇਰੀ ਬੱਕਰੀ ਲੈ ਗਏ। ਉਹਨੇ ਕਿਹਾ ਪੁੱਤ ਰੋਂਦਾ ਕਿਉਂ? ਕਹਿੰਦਾ ਮੇਰੇ ਕੋਲ ਉਹੀ ਬੱਕਰੀ ਸੀ। ਕਹਿੰਦਾ ਤੇਰਾ ਚਾਚਾ ਜੀਂਦਾ, ਉਹੀ ਬੱਕਰੀ ਆਊ ਪੁੱਤਰਾ। 11 ਬੰਦੇ ਘੋੜੀਆਂ ਤੇ ਚੜ ਕੇ ਜਾ ਕੇ ਘੇਰਾ ਪਾਇਆ ਮਾਲਾ, ਆਵਾਜ਼ ਮਾਰੀ ਖੜ ਕੇ ਵੀ ਫਲਾਨਾ ਸਰਦਾਰ ਆ ਗਿਆ, ਸਗੜੇ ਹੋ ਜਾਓ, ਮੇਰੇ ਭਤੀਜਾ ਨਜ਼ੀਰ ਨਾਲ ਆ, ਇਹਦੀ ਬੱਕਰੀ ਬਾਹਰ ਕਰ ਦੇਣੀ, ਵੱਢ ਕੇ ਢੇਰ ਲਾ ਦੇਣੀ। ਉਹਨਾਂ ਕਿਹਾ ਜੀ ਹੋਰ 2 ਬੱਕਰੀਆਂ ਲੈ ਲਓ, ਪੈਸੇ ਲੱਗਣ ਉਹੀ ਬੱਕਰੀ ਲੈਣੀ, ਨਹੀਂ ਮੈਦਾਨ ਪੈ ਗਿਆ। ਡਿਗੋਰੀਆਂ ਜਾ ਕੇ ਜਿੱਥੇ ਬੱਕਰੀ ਸੀ ਉੱਥੋਂ ਜਾਂਦੇ ਆ ਸੀ, ਉਹਨਾਂ ਲੋਕਾਂ ਦਾ ਇਨਸਾਫ਼ ਤੇ ਸਰਦਾਰੀਆਂ ਇਹ ਸੀ ਦੋਸਤੀਆਂ। ਪਿਛਲੇ ਸਾਲ ਗਾਲਬਨ ਦਸੰਬਰ ਚ ਇੱਕ ਬੰਦਾ ਆਇਆ, ਪਿਛਲੇ ਛੁੱਟੀ ਇੱਕ ਨਾਲ ਸਰਦਾਰ ਸੀ, ਉਹਨਾਂ ਨੇ ਕਿਹਾ ਕਿ ਭੇਜਿਆ ਵੀ ਸਾਡਾ ਪਿੰਡ ਗੁਲਾਜੀਪੁਰ 72 ਚੱਕ ਤੇ ਮੇਰਾ ਸਾਡੀ ਹਵੇਲੀ ਬਹੁਤ ਤਕੜੀ ਸੀ, 2 ਮਰੱਬੇ ਸਾਡੇ ਪਿੰਡ ਸੀ, ਦੇਖ ਕੇ ਆਉਣਾ ਕਿਤੇ ਮੇਰੇ ਬਾਪੂ ਦਾ ਨਾਂ ਲਿਖਿਆ ਹੋਵੇ, ਨਾਂ ਨੂੰ ਨਾਂ ਕਹਿੰਦੇ। ਉਹ ਆਏ, ਉਹਨੇ ਦੇਖਿਆ ਜੋ ਚਾਤੀ ਮਾਰੀ ਉੱਪਰ ਨਾਂ ਗੁਰਮੁਖੀ ਚ ਲਿਖਿਆ, ਉਹਨੇ ਵੀਡੀਓ ਬਣਾਈ, ਕਾਫੀ ਬੰਦਿਆਂ ਦੀ ਬਣਾਈ, ਅੱਲਾ ਅੱਲਾ ਬੜੀਆਂ ਗੱਲਾਂ। ਮੇਰਾ ਤਾਇਆ ਦਾ ਭਾਈ ਉਦੋਂ ਜਿੰਦਾ ਸੀ ਸਮਾਈ, ਉਹਦੇ ਨਾਲ ਕੀਤੀਆਂ ਤੇ ਫਿਰ ਮੈਂ ਟੈਲੀਫੋਨ ਤੇ ਮੇਰੀ ਗੱਲ ਹੋਈ, ਬੜੀਆਂ ਗੱਲਾਂ ਕਰਦਾ ਰਿਹਾ, ਕਹਿਣ ਲੱਗਿਆ ਜੀ ਮੈਂ ਇਨਸ਼ਾਅੱਲਾ ਆਵਾਂਗਾ,
ਤੁਹਾਡੇ ਕੋਲ ਰਹਾਂਗਾ। ਮੈਂ ਕਿਹਾ ਜੀ ਸਾਦ ਕੇ ਆਇਓ ਜੀ, ਅਸੀਂ ਤੁਹਾਡਾ ਇਸਤਕਬਾਲ ਕਰਾਂਗੇ। ਉਹ ਫਿਰ ਆਏ ਨੇ, ਉਹ ਕਹਿੰਦੇ ਮੈਂ ਇੱਥੇ ਹੁਣ ਮੁਸ਼ਕਿਲ ਸੈਟਲ ਹੋ ਗਿਆ ਅਮਰੀਕਾ। ਮੈਂ ਕਹਿੰਦਾ ਬੜਾ ਖੁਸ਼ ਹਾਂ ਤੁਹਾਡੇ ਨਾਲ ਗੱਲਬਾਤ ਕਰਕੇ, ਕਿਉਂਕਿ ਮੇਰੇ ਦਾਦਾ ਜੀ ਉਸ ਇਲਾਕੇ ਦੇ ਰਹਿਣ ਵਾਲੇ ਸੀ। ਮੈਂ ਕਿਹਾ ਜੀ ਅਸੀਂ ਤਾਬਿਆਦਾਰ ਹਾਂ, ਜਦੋਂ ਤੁਸੀਂ ਆਓ ਅਸੀਂ ਤੁਹਾਡੀ ਖਿਦਮਤ ਕਰਾਂਗੇ। ਉਹ ਫਿਰ ਨਹੀਂ ਆਇਆ। ਇਹ ਬਹੁਤ ਬੜਾ ਚੌਧਰੀ ਸੀ, ਦਾਨਾ ਬੰਦਾ ਸੀ। ਈਸ਼ਰ ਸਿੰਘ ਇੱਥੇ ਦੇ ਲੰਬੜਦਾਰ ਕਿਹੜੇ ਸੀ ਭਲਾ? ਜਦੋਂ ਸਰਦਾਰ ਬਾਰ ਬਣੀ ਨਾ, ਉਹਨਾਂ ਨੇ ਆ ਕੇ ਪਿੰਡ ਆਬਾਦ ਕੀਤਾ।